हेलो फ्रेंड्स, वेलकम बैक टू चैनल हाउ टू सिंपलीफाई एजुकेशन। इस चैनल पर तुहानू मिलेंगे पीएसटेट, सीटेट ते मास्टर कैडर एग्जाम नाल रिलेटेड सारे इंपॉर्टेंट क्वेश्चंस। ते ये क्वेश्चंस तुसी चैनल दी प्लेलिस्ट दे विच जाके देख सकते हो। बेरोजगारी भत्ते नू लैके नवीं खबर आई है जी। इस खबर दे विच दस्या जा रहा है बेरोजगार नौजवानों नू मिलेगा महीने का भत्ता, ਜਿਹਦੇ ਵਿੱਚ 1000 ਰੁਪਏ ਦਾ ਵਿਸ਼ੇਸ਼ ਮਹੀਨੇਵਾਰ ਭੱਤਾ ਦੇਣ ਦਾ ਕਿਹਾ ਜਾ ਰਿਹਾ ਹੈ। ਜਗਬਾਣੀ ਦੇ ਵਿੱਚ ਇਹ ਨਿਊਜ਼ ਆਈ ਹੈ ਜੀ, ਆਓ ਇਸ ਨਿਊਜ਼ ਨੂੰ ਦੇਖਦੇ ਹਾਂ। ਜਗਬਾਣੀ 'ਤੇ ਨਿਊਜ਼ ਆਈ ਹੈ ਜੀ, ਕੈਪਟਨ ਸਰਕਾਰ ਦਾ ਫੈਸਲਾ, ਹੁਣ ਬੇਰੁਜ਼ਗਾਰਾਂ ਨੂੰ ਮਿਲੇਗਾ ਮਹੀਨੇ ਦਾ ਭੱਤਾ। ਇਸ ਖਬਰ ਨੂੰ ਪੂਰਾ ਦੇਖਦੇ ਹਾਂ। ਕੈਪਟਨ ਸਰਕਾਰ ਦਾ ਫੈਸਲਾ, ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲੇਗਾ ਮਹੀਨੇ ਦਾ ਭੱਤਾ। ਜਲੰਧਰ ਤੋਂ ਖਬਰ ਲੱਗੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਜਿਹੇ ਨੌਜਵਾਨ ਜਿਹੜੇ ਹੁਨਰ ਵਿਕਾਸ ਸਿਖਲਾਈ ਲੈਣਗੇ ਉਹਨਾਂ ਨੂੰ 1000 ਰੁਪਏ ਦਾ ਵਿਸ਼ੇਸ਼ ਮਾਹਵਾਰੀ ਭੱਤਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਹਨਾਂ ਲਈ ਮੇਰਾ ਕੰਮ ਮੇਰਾ ਮਾਂ ਨਾਂ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਹਨਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣਾ ਹੁਨਰ ਵਿਕਸਿਤ ਕਰਨ ਲਈ ਸਿੱਖਿਅਤ ਕੀਤਾ ਜਾਵੇਗਾ ਅਤੇ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਨਅਤੀ ਸਿਖਲਾਈ ਸੰਸਥਾਵਾਂ ITIs, ਪੋਲੀਟੈਕਨਿਕ ਕਾਲਜਾਂ ਅਤੇ ਪੰਜਾਬ ਹੁਨਰ ਵਿਕਾਸ ਸਿਖਲਾਈ ਕੇਂਦਰਾਂ 'ਚ ਮੁਫ਼ਤ ਸਿਖਲਾਈ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਸਿਖਲਾਈ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਨਵੀਂ ਸਕੀਮ ਦਾ ਖਰੜਾ ਤਿਆਰ ਕਰੇ ਅਤੇ ਸਾਰੇ ਵਿਭਾਗਾਂ ਤੋਂ ਫੀਡਬੈਕ ਲੈਣ ਉਪਰੰਤ ਉਹਨਾਂ ਨੂੰ ਖਰੜਾ ਭੇਜਿਆ ਜਾਵੇ। ਨਵੀਂ ਸਕੀਮ ਤਹਿਤ ਮਹੀਨਾਵਾਰ ਭੱਤਾ ਉਹਨਾਂ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀ ਸਿਖਲਾਈ ਅਦਾਰਿਆਂ ਵਿੱਚ ਹਾਜ਼ਰੀ 80% ਹੋਵੇਗੀ ਅਤੇ ਜਿਹੜੇ ਆਪਣੇ ਇਮਤਿਹਾਨ ਨੂੰ ਨਾਲੋਂ ਨਾਲ ਪਾਸ ਕਰਨਗੇ। ਜਿਹੜੇ ਨੌਜਵਾਨ ਇਮਤਿਹਾਨਾਂ ਵਿੱਚ ਸਫਲ ਨਹੀਂ ਹੋਣਗੇ ਉਹਨਾਂ ਨੂੰ ਭੱਤਾ ਨਹੀਂ ਦਿੱਤਾ ਜਾਵੇਗਾ। ਸਰਕਾਰ ਨੇ ਹੁਕਮ ਦਿੱਤੇ ਹਨ ਕਿ ਲਾਭ ਲੈਣ ਵਾਲਿਆਂ ਦੇ ਬੈਂਕ ਖਾਤਿਆਂ 'ਚ ਸਿੱਧੀਆਂ ਹੀ ਰਕਮ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਸਕੀਮ ਦਾ ਲਾਹਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਸਕੀਮ ਦਾ ਫਾਇਦਾ ਪਰਿਵਾਰ ਦਾ ਸਿਰਫ ਇੱਕ ਹੀ ਮੈਂਬਰ ਲੈ ਸਕੇਗਾ। ਕੈਪਟਨ ਸਰਕਾਰ ਨੇ ਸਾਰੇ ਜ਼ਿਲ੍ਹਾ ਰੋਜ਼ਗਾਰ ਅਤੇ ਅਦਾਰਿਆਂ ਨੂੰ ਸੰਬੰਧਿਤ ਬੇਰੁਜ਼ਗਾਰ ਨੌਜਵਾਨਾਂ ਦੇ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸਿਖਲਾਈ ਦਾ ਕੰਮ ਸਫਲਤਾ ਸਹਿਤ ਮੁਕੰਮਲ ਕਰਨ ਤੋਂ ਬਾਅਦ ਲਾਭ ਲੈਣ ਵਾਲਿਆਂ ਨੂੰ ਰੁਜ਼ਗਾਰ ਉਪਲਬਧ ਹੋਵੇਗਾ।